ਦੋਸਤੋ ਇੱਕ ਐਸ ਵਾਲੀ ਦੀ ਖਾਸ ਖਬਰ ਦਾ ਰੋਕ ਕਰ ਲੈਨੇ ਆ ਜਿੱਥੇ ਕਿ ਵਾਧ ਰਹੇ ਵਿਵਾਦ ਨੂੰ ਦੇਖ ਕੇ ਬਲਕੌਰ ਸਿੰਘ ਨੇ ਮੂਸੇਵਾਲ ਦੇ ਨਵੇਂ ਟਰੈਕ ਤੇ ਵੱਡਾ ਫੈਸਲਾ ਲੈ ਲਿਆਏ ਸੋ ਕੀ ਫੈਸਲੇ ਲਏ ਨੇ ਉਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਸਿੱਧੂ ਮੂਸੇਵਾਲ ਦਾ ਨਵਾਂ ਗੀਤ ਵਾਰ ਰਿਲੀਜ਼ ਹੋਇਆ ਸੋ ਉਸ ਦੇ ਉੱਪਰ ਵਿਵਾਦ ਲਗਾਤਾਰ ਚੱਲਦਾ ਪਿਆਏ ਸੋ ਕੀ ਵਿਵਾਦ ਰਿਹਾ ਹੈ ਉਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਸਭ ਤੋਂ ਪਹਿਲਾਂ #justiceforsidhumusewala ਲਿਖ ਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਪੋਸਟ ਕਰਿਓ ਤੇ ਸਿੱਧੂ ਦੇ ਮਾਪਿਆਂ ਦਾ ਸਾਥ ਜਰੂਰ ਦਿਈਏ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਪੁੱਤ ਦੀ ਮੌਤ ਦਾ ਇਨਸਾਫ ਜਰੂਰ ਮਿਲ ਸਕੇ ਸੋ ਗੱਲ ਕਰਾਂਗੇ ਜੀ ਸਿੱਧੂ ਦੇ ਨਵੇਂ ਟਰੈਕ ਦੀ ਸਿੱਧੂ ਦਾ ਨਵਾਂ ਟਰੈਕ ਵਾਰ ਰਿਲੀਜ਼ ਹੋਇਆ ਜੋ ਕਿ ਹਰੀ ਸਿੰਘ ਨੜੂਏ ਦੀ ਵਾਰ ਗਾਈ ਗਈ ਹੈ ਸਿੱਧੂ ਮੂਸੇਵਾਲੇ ਦੇ ਵੱਲੋਂ ਸੋ ਉਸ ਦੇ ਉੱਪਰ ਵਿਵਾਦ ਛਿੜਦਾ ਪਿਆ ਹੈ ਸੋ ਵਿਵਾਦ ਵੀ ਜਿਹੜਾ ਕੁਝ ਅਜੀਬੋ ਗਰੀਬ ਵਿਵਾਦ ਹੈ ਸੋ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਿੱਧੂ ਮੂਸੇਵਾਲੇ ਬੀਤੇ ਦਿਨੀ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਟਰੈਕ ਜਿਹੜਾ ਰਿਲੀਜ਼ ਹੋਇਆ ਹੈ ਵਾਰ ਇਸ ਗੀਤ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਵਿੱਚ ਇਤਰਾਜ਼ ਦੇਖਿਆ ਗਿਆ ਹੈ ਹਾਲਾਂਕਿ ਮੁਸਲਮ ਭਾਈਚਾਰੇ ਦੇ ਇੱਕ ਆਗੂ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਗੀਤ ਤੇ ਵਿਵਾਦ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗੀਤ 'ਚ ਵਰਤੇ ਮੁਹੰਮਦ ਸ਼ਬਦ ਨੂੰ ਮੁਸਲਮ ਭਾਈਚਾਰਾ ਪੈਗੰਬਰ Hazrat ਮੁਹੰਮਦ ਨਾਲ ਜੋੜ ਕੇ ਦੇਖ ਰਿਹਾ ਹੈ ਜਦਕਿ ਗੀਤ 'ਚ ਹਰੀ ਸਿੰਘ ਨਲੂਘਾ ਤੇ ਮੁਹੰਮਦ ਖਾਨ ਦੀ ਲੜਾਈ ਦਾ ਹੀ ਜ਼ਿਕਰ ਕੀਤਾ ਗਿਆ ਹੈ ਮੁ슬ਮ ਆਗੂ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਪੈਗੰਬਰ حضرت ਮੁਹੰਮਦ ਨਾਲ ਨਾ ਜੋੜਿਆ ਜਾਵੇ ਉਹਨਾਂ ਨੇ ਲੋਕਾਂ ਨੂੰ ਅਪੀਲ ਤੱਕ ਵੀ ਕੀਤੀ ਹੈ ਇਸ ਸਬੰਧੀ ਉਹਨਾਂ ਦੀ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਵੀ ਹੋ ਗਈ ਹੈ ਸਿੱਧੂ ਦੇ ਵੱਲੋਂ ਸਿੱਧੂ ਦੇ ਪਿਤਾ ਦੇ ਵੱਲੋਂ ਗੀਤ ਨੂੰ ਲੈ ਕੇ ਇਹ ਹੀ ਪ੍ਰਤੀਕਿਰਿਆ ਦਿੱਤੀ ਗਈ ਹੈ ਕਿ ਗੀਤ ਚ ਹਰੀ ਸਿੰਘ ਨਲੂਆ ਤੇ ਮੁਹੰਮਦ ਖਾਨ ਦੀ ਲੜਾਈ ਦਾ ਹੀ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਬਾਅਦ ਹੋਰ ਕੁਝ ਵੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਇਹ ਕਿ ਕਿਸੇ ਵੀ ਤਰ੍ਹਾਂ ਮੁਸਲਮ ਭਾਈਚਾਰੇ ਨੂੰ ਠੇਸ ਪਹੁੰਚਾਉਣ ਲਈ ਗੀਤ ਨਹੀਂ ਬਣਾਇਆ ਗਿਆ ਇਹ ਮੁਸਲਮ ਭਾਈਚਾਰੇ ਦੇ ਆਗੂ ਨੇ ਉਮੀਦ ਕੀਤੀ ਹੈ ਕਿ ਗੀਤ ਚ ਜੇਕਰ ਅਜ਼ਹਿ ਤੱਥ ਆਉਂਦੇ ਨੇ ਤਾਂ ਉਹਨਾਂ ਨੂੰ ਗੀਤ ਦੀ ਸ਼ੁਰੂਆਤ ਚ ਹੀ ਲਿਖ ਕੇ ਸਪਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਉਲਝਣਬਾਜ਼ੀ ਕਿਸੇ ਗੱਲ ਦੀ ਨਾ ਰਹਿ ਸਕੇ ਹਾਲਾਂਕਿ ਕੋਈ ਮਿਸ ਅੰਡਰਸਟੈਂਡਿੰਗ ਨਾ ਰਹਿ ਸਕੇ ਇਹਨਾਂ ਸਾਰੀਆਂ ਗੱਲਾਂ ਨੂੰ ਪਹਿਲੋਂ ਹੀ ਸਪਸ਼ਟ ਕਰਨਾ ਠੀਕ ਹੋਵੇਗਾ ਹੁਣ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਵਿਵਾਦ ਛੜਿਆ ਉਸ ਗੀਤ ਦੇ ਉੱਪਰ ਲਗਾਤਾਰ ਵਾਰ ਚੱਲਿਆ ਪਰ ਕਿਤੇ ਨਾ ਕਿਤੇ ਫਿਰ ਵੀ ਇਹ ਗੱਲ ਜਿਹੜੀ ਹੈ ਠੰਡੀ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਸਿੱਧੂ ਦੇ ਪਿਤਾ ਨੇ ਜਦੋਂ ਮੁਸਲਮ ਪਾਈਚਾਰੇ ਦੇ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਇਸ ਗੀਤ ਦੇ ਉੱਪਰ ਜੋ ਵਿਵਾਦ ਚੱਲਿਆ ਉਸ ਨੂੰ ਲੈ ਕੇ ਸਪਸ਼ਟਿਕਰਨ ਵੀ ਦਿੱਤਾ ਹੈ ਸਿੱਧੂ ਦੇ ਪਿਤਾ ਨੇ ਉਸ ਗੀਤ ਨੂੰ ਸਪਸ਼ਟਿਕਰਨ ਦੇ ਦਿੱਤਾ ਹੈ ਤੇ ਉਹਦੇ ਵਿੱਚ ਵਰਤੇ ਗਏ ਮੁਹੰਮਦ ਸ਼ਬਦ ਨੂੰ ਗਾਇਬ ਕਰ ਦਿੱਤਾ ਹੈ ਵੀਡੀਓ ਨੂੰ ਫਾਰਮੈਟ ਕਰ ਦਿੱਤਾ ਹੈ ਆਡੀਓ ਦੇ ਕਲਿੱਪ ਦੇ ਉੱਪਰ ਵੀ ਇੱਕ ਉਹਨਾਂ ਨੇ ਇਫੈਕਟ ਲਾ ਦਿੱਤਾ ਹੈ ਜੋ ਕਿ ਹੁਣ ਨਹੀਂ ਸੁਣ ਪਾਏਗਾ ਬੋਲ ਨਾ ਹੀ ਉਸ ਵੀਡੀਓ ਦੇ ਵਿੱਚ ਅਜਿਹਾ ਕੁਝ ਦਿਖਾਈ ਦੇ ਪਾਏਗਾ ਠੀਕ ਅਜਿਹਾ ਹੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਰਣਜੀਤ ਬਾਵਾ ਦੇ ਗੀਤ ਵਿੱਚ ਵੀ ਵੇਖਣ ਨੂੰ ਮਿਲਿਆ ਸੀ ਕਿੰਨੇ ਆਏ ਕਿੰਨੇ ਗਏ ਉਹ 2 ਦੇ ਉਸ ਗਾਣੇ ਦੇ ਵਿੱਚ ਜਦੋਂ ਕਿ ਸ਼ੇਰ ਸ਼ੇਰ ਸਿੰਘ ਰਾਣੇ ਦੇ ਬਾਰੇ ਸ਼ਬਦ ਲਿਖੇ ਗਏ ਸੀ ਤਾਂ लवली ਪਟਿਆਲਾ ਉਹਨਾਂ ਦਾ ਉਹ ਗੀਤ ਗਾਇਆ ਗਿਆ ਸੀ ਉਸ ਗੀਤ ਨੂੰ ਲੈ ਕੇ ਵੀ ਵਿਵਾਦ ਛਿੜ ਗਿਆ ਸੀ ਸੋ ਜਿਵੇਂ ਇਸ ਤਰ੍ਹਾਂ ਕੇ ਰਣਜੀਤ ਬਾਵਾ ਦੇ ਉਸ ਗਾਣੇ ਦੇ ਉੱਪਰ ਇੱਕ ਆਡੀਓ ਫਾਰਮੈਟ ਲਾ ਦਿੱਤਾ ਗਿਆ ਸੀ ਤੋਂ ਇਸ ਗਾਣੇ ਦੇ ਉੱਪਰ ਵੀ ਆਡੀਓ ਫਾਰਮੈਟ ਇਸ ਯੂਜ਼ ਕੀਤਾ ਗਿਆ ਇਹ ਸਿੱਧੂ ਦੇ ਪਿਤਾ ਨੇ ਉਸ ਫੈਸਲੇ ਨੂੰ ਆਪਣੇ ਵੱਲੋਂ ਲਿਆ ਗਿਆ ਤਾਂ ਕਿ ਇਸ ਗੱਲ ਦੇ ਉੱਪਰ ਫੁੱਲ ਚੜਾ ਸਕੀਏ ਕੋਈ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਨਾ ਹੋ ਸਕੇ ਕਿਸੇ ਵੀ ਕਦਰੋ ਕੀਮਤ ਤੇ ਭਾਈਚਾਰੇ ਨੂੰ ਕੋਈ ਨੁਕਸਾਨ ਨਾ ਹੋ ਸਕੇ ਇਹ ਸਾਰੀਆਂ ਗੱਲਾਂ ਵੇਖੀਆਂ ਜਾ ਰਹੀਆਂ ਨੇ ਉਸ ਗਾਣੇ ਦੇ ਵਿੱਚੋਂ ਉਸ ਲਾਈਨ ਨੂੰ ਹੀ ਕੱਟ ਕਰ ਦਿੱਤਾ ਗਿਆ ਸੋ ਇਸ ਕਰਕੇ ਉਸ ਗਾਣੇ ਨੂੰ ਇੱਕ ਡਿਲੀਟ ਕਰਨ ਦਾ ਫੈਸਲਾ ਵੀ ਲਿਆ ਗਿਆ ਸੀ ਫਿਲਹਾਲ ਇਸ ਗਾਣੇ ਦੀ ਰੇਟਿੰਗ ਜਿਹੜੀ ਹੈ ਬਹੁਤ ਵਧੀਆ ਚੱਲ ਰਹੀ ਹੈ ਉਹਨਾਂ ਦੇ ਗੀਤ ਵਾਰ ਨੂੰ ਰਿਲੀਜ਼ ਹੋਇਆ ਲਗਭਗ 4 ਦਿਨ ਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਦੇ ਅਧਿਕਾਰਤ YouTube ਚੈਨਲ ਤੇ ਹੀ ਇਸ ਨੂੰ ਰਿਲੀਜ਼ ਕੀਤਾ ਗਿਆ ਹੈ ਮੂਸੇਵਾਲ ਦੇ ਧਾਰਮਿਕ ਗਾਣੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਗੀਤ ਵਾਰ ਨੂੰ 50 ਮਿੰਟਾਂ ਦੇ ਵਿੱਚ ਕਰੀਬ 1.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਸੀ ਉਸ ਦਿਨ ਹਾਲਾਂਕਿ ਇਸ ਗੀਤ ਨੂੰ ਲਗਾਤਾਰ ਵਿਊਜ਼ ਅੱਜ ਵੀ ਵੱਧ ਰਹੇ ਨੇ ਪੰਜਾਬ ਦੇ ਹੋਰ ਕਿਸੇ ਵੀ ਗਾਇਕ ਲਈ ਇੰਨੀ دیਵਾਨਗੀ ਕਦੇ ਨਹੀਂ ਦੇਖੀ ਗਈ ਹੈ ਜਿੰਨੀ دیਵਾਨਗੀ ਸਿੱਧੂ ਮੂਸੇਵਾਲੇ ਦੇ ਲਈ ਲੋਕ ਦਿਖਾ ਰਹੇ ਨੇ ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਵੇਖਿਆ ਜਾ ਰਿਹਾ ਏ ਸੋ ਉਹਨਾਂ ਨੇ ਜਿਸ ਤਰ੍ਹਾਂ ਸਿੱਧੂ ਦੇ ਪਿਤਾ ਨੇ ਗੱਲ ਕੀਤੀ ਹੈ ਕਿ ਸਿੱਧੂ ਦੇ ਗਾਣੇ ਜਿਹੜੇ ਨੇ ਲਗਾਤਾਰ ਆਉਂਦੇ ਰਹਿਣਗੇ ਜਿਹੜੇ ਪੈਂਡਿੰਗ ਪਏ ਗਾਣੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਰਿਲੀਜ਼ ਕਰ ਦਿੱਤਾ ਜਾਵੇਗਾ ਸਿੱਧੂ ਦੇ ਹਰ ਇੱਕ ਗਾਣੇ ਨੂੰ ਇਸ ਤਰ੍ਹਾਂ ਹੀ ਰੱਖਿਆ ਜਾਵੇਗਾ ਇਸ ਤਰ੍ਹਾਂ ਸਾਰੀਆਂ ਗੱਲਾਂ ਸਾਫ਼ ਕਰ ਦਿੱਤੀਆਂ ਗੀਆਂ ਨੇ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਖਾਸ ਖਬਰ ਦੀ ਤਾਂ ਫਿਰ ਪਾਲੀਵੁੱਡ ਦੇ ਵਿੱਚ ਕਾਫੀ ਜ਼ਿਆਦਾ ਸੰਗੀਤ ਜਗਤ ਛਾਲਾ ਮਾਰ ਰਿਹਾ ਹੈ ਅfsana khan ਤੇ saaz ਦੀ ਆਵਾਜ਼ ਦੇ ਵਿੱਚ ਰਿਲੀਜ਼ ਹੋਇਆ ਉਹ ਮੱਖਣਾ ਫਿਲਮ ਦਾ ਗੀਤ ਲੱਖ ਲੱਖ ਵਧਾਈਆਂ ਜਿਸ ਦੀ ਵੀਡੀਓ ਤੇ ਆਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਪੰਜਾਬੀ ਫਿਲਮ ਓਏ ਮੱਖਣਾ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਦੇ ਵਿੱਚ ਐਮੀ ਵਿਰਕ ਤਾਨੀਆਂ ਤੇ ਗੱਗੂ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਨੇ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਇਸ ਦੇ ਨਾਲ ਹੀ ਫਿਲਮ ਦਾ ਇੱਕ ਨਵਾਂ ਗੀਤ ਵੀ ਬੀਤੇ ਦਿਨੀ ਰਿਲੀਜ਼ ਕੀਤਾ ਗਿਆ ਹੈ ਗੀਤ ਨੂੰ ਅਫਸਾਨਾ ਖਾਨ ਤੇ ਸਾਜ ਨੇ ਗਾਇਆ ਹੈ ਗੀਤ ਪਹਿਲਾਂ ਸਿੰਗਲ ਟਰੈਕ ਵਜੋਂ ਰਿਲੀਜ਼ ਹੋ ਚੁੱਕਿਆ ਹੈ ਪਰ ਇਸ ਗੀਤ ਨੂੰ ਫਿਲਮ ਲਈ ਵੀ ਵਰਤਿਆ ਜਾ ਚੁੱਕਿਆ ਹੈ ਗੀਤ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਮੀ ਵਿਰਕ ਤੇ ਤਾਨੀਆਂ ਵਿਚਾਲੇ ਤਕਰਾਰ ਚੱਲ ਰਹੀ ਹੈ ਹੁਣ ਇਹ ਤਕਰਾਰ ਕਿਉਂ ਪੈਦਾ ਹੋਈ ਇਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਦੱਸ ਦਈਏ ਕਿ ਫਿਲਮ ਦੇ ਵਿੱਚ ਐਮੀ ਵਿਰਕ ਤਾਨਿਆ ਤੇ ਗੱਗੂ ਗਿੱਲ ਤੋਂ ਇਲਾਵਾ ਸਿੱਧੀ ਕਾ ਸ਼ਰਮਾ ਸੁਖਵਿੰਦਰ ਚਾਹਲ ਹਰਦੀਪ ਗਿੱਲ ਤਰਸੀਮ ਪੌਲ ਦੀਦਾਰ ਗਿੱਲ ਸਤਵੰਤ ਕੌਰ ਰੋਜ ਜੇਕ ਕੌਰ ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ਓਏ ਮਖਣਾ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਫਿਲਮ ਨੂੰ ਡਾਇਰੈਕਟਰ ਸਿਮਰਜੀਤ ਸਿੰਘ ਨੇ ਕੀਤਾ ਹੈ ਸੋ ਲਗਾਤਾਰ ਇਸ ਫਿਲਮ ਦੇ ਲਈ ਲੋਕਾਂ ਦੀ دیਵਾਨਗੀ ਵਾਧੀ ਹੀ ਜਾ ਰਹੀ ਹੈ ਲੱਗਦਾ ਹੈ ਇਹ ਫਿਲਮ ਸੁਪਰ ਹਿੱਟ ਹੋ ਕੇ ਰਹੇਗੀ ਓਏ ਮੱਖਣਾ ਫਿਲਮ ਦੀ ਪ੍ਰਮੋਸ਼ਨ ਵੀ ਬੜੀ ਜਵਰਦਸਤ ਤਰੀਕੇ ਦੇ ਨਾਲ ਕੀਤੀ ਗਈ ਸੀ ਹਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਵੇਖਿਆ ਗਿਆ ਸੀ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ ਸੀ ਓਏ ਮੱਖਣਾ ਫਿਲਮ ਨੂੰ ਜਿਹੜੀ ਹੈ ਕਾਫੀ ਪਸੰਦ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਫਿਲਮ ਕਾਫੀ ਜ਼ਿਆਦਾ ਕਰੋੜ ਦੀ ਕਮਾਈ ਵੀ ਕਰ ਚੁੱਕੀ ਹੈ ਬਾਕਸ ਆਫਿਸੇ ਕਾਫੀ ਤਰ੍ਹਾਂ ਦੀ ਰੇਟਿੰਗ ਵੀ ਇਸ ਫਿਲਮ ਨੂੰ ਵੇਖਣ ਨੂੰ ਮਿਲੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ